ਜੇ ਹੁਣ ਆਪਾਂ ਦੇਖਦੇ ਹਾਂ ਕਿ ਬਾਉਂਡਰੀ ਵੈਲਿਊ ਐਨਾਲਿਸਿਸ ਕੀ ਹੁੰਦਾ, ਇਹ ਵੀ ਇੱਕ ਟੈਕਨੀਕ ਹੈ ਬਲੈਕ ਬੋਕਸ ਟੈਸਟਿੰਗ ਦੀ। ਇਹਦੇ 'ਚ ਆਪਾਂ ਇਹ ਦੇਖਦੇ ਹਾਂ ਕਿ ਜਿੱਦਾਂ ਪਿੱਛੇ ਦੇਖਿਆ ਸੀ ਨਾ ਕਿ ਆਪਾਂ ਰੇਂਜਿਡ ਇੱਕ ਇਨਪੁੱਟ ਹੁੰਦੀ ਹੈ, ਸਪੋਜ਼ 0 ਤੋਂ ਲੈ ਕੇ 1000 ਤੱਕ ਇਨਪੁੱਟ ਸੀਗੀ। ਪਹਿਲਾਂ ਆਪਾਂ ਇਹ ਕੀਤਾ ਕਿ ਇਹਦੀ ਹੈ ਨਾ ਕਲਾਸਾਂ ਬਣਾ ਲਈਆਂ, ਸਪੋਜ਼ ਇੱਕ ਕਲਾਸ ਆ ਹੋ ਗਈ, ਇੱਕ ਕਲਾਸ ਆ ਹੋ ਗਈ, ਇੱਕ ਕਲਾਸ ਆ ਹੋ ਗਈ, ਸਪੋਜ਼ ਕਹਿ ਲਓ ਕਿ 100 ਆ, ਸਪੋਜ਼ ਕਹਿ ਲਓ ਕਿ 300 ਆ, ਅਤੇ 700 ਆ, 1000 ਆ। ਪਹਿਲਾਂ ਆਪਾਂ ਕਲਾਸਾਂ ਬਣਾਈਆਂ ਸੀਗੀਆਂ, ਹੁਣ ਆਪਾਂ ਕਰਨਾ ਕਿ ਜਿਹੜੀਆਂ ਕਲਾਸਾਂ ਬਣਾਈਆਂ ਉਹਦੀਆਂ ਬਾਉਂਡਰੀਆਂ 'ਤੇ ਆਪਾਂ ਐਨਾਲਿਸਿਸ ਕਰਨਾ। ਇਹਦੀ ਬਾਉਂਡਰੀਆਂ ਕਿੰਨੀ, ਇੱਕ ਆਹ ਬਾਉਂਡਰੀ ਹੋ ਗਈ, ਇੱਕ ਆਹ ਬਾਉਂਡਰੀ ਆ, ਇੱਕ ਆਹ ਬਾਉਂਡਰੀ ਆ, ਇੱਕ ਆਹ ਬਾਉਂਡਰੀ ਆ, ਇੱਕ ਆਹ ਬਾਉਂਡਰੀ ਆ। ਇਹਦੇ ਵਿੱਚ ਲੌਜਿਕ ਇਹ ਆ ਕਿ ਜਿਹੜੇ ਵੀ ਐਰਰ ਅਕਰ ਹੁੰਦੇ ਆ ਹਮੇਸ਼ਾ ਬਾਉਂਡਰੀ 'ਤੇ ਹੁੰਦੇ ਆ। ਕਹਿ ਲਓ ਕਿ ਸਪੋਜ਼ ਨਾ ਆ ਬਾਉਂਡਰੀ ਆ, ਐਰਰ ਮੋਸਟਲੀ ਇੱਥੇ ਅਕਰ ਹੋਏਗਾ। ਅਤੇ ਆਪਾਂ ਇਹਦੇ ਵਾਸਤੇ ਤਕਨੀਕ ਹੀ ਕਰਦੇ ਹਾਂ ਕਿ ਆਪਾਂ ਬਾਉਂਡਰੀ ਨੂੰ ਟੈਸਟ ਕਿਸ ਤਰ੍ਹਾਂ ਕਰਦੇ ਹਾਂ ਕਿ 0 ਆ ਨਾ, 0 ਟੈਸਟ ਕਰਾਂਗੇ, ਉਸ ਤੋਂ ਬਾਅਦ 0 -1 -1 ਹੋ ਗਿਆ, ਉਸ ਤੋਂ ਬਾਅਦ 0 +1 1 ਹੋ ਗਿਆ, ਟੈਸਟ ਕਰਾਂਗੇ, 3 ਵੈਲਿਊ ਟੈਸਟ ਕਰਾਂਗੇ। ਸਿਮਿਲਰਲੀ ਅਗਰ ਆਪਾਂ ਆਹ ਬਾਉਂਡਰੀ 100 ਦੀ ਉਹਨੂੰ ਟੈਸਟ ਕਰਨਾ, ਇਹ 3 ਟੈਸਟ ਕੇਸ ਬਣ ਗਏ, ਕੀ ਹੋਏਗਾ? ਇੱਕ ਤਾਂ ਹੋਏਗਾ 100, ਇੱਕ ਹੋਏਗਾ 100 -1 99, ਇੱਕ ਹੋਏਗਾ 101। ਆਪਾਂ 3 ਇਨਪੁੱਟ ਦੇਵਾਂਗੇ ਇਹ ਟੈਸਟ ਕਰਨ ਵਾਸਤੇ। ਇਹ ਹੈ ਜੀ ਟੋਟਲ ਕੰਸੈਪਟ ਆਫ ਬਾਉਂਡਰੀ ਵੈਲਿਊ ਐਨਾਲਿਸਿਸ। ਹੁਣ ਆਪਾਂ ਦੇਖਦੇ ਹਾਂ ਆਹ ਸੀ ਨਾ ਐਗਜ਼ਾਮਪਲ, ਪਹਿਲਾਂ ਦੇਖੀ ਸੀ, ਇਹਦੇ ਵਿੱਚ ਖਰਾਬੀ ਸੀ ਜਿਹੜੀ ਆਪਾਂ ਪਹਿਲੇ ਨੋਟ ਨਹੀਂ ਕੀਤੀ। ਖਰਾਬੀ ਕੀ ਆ ਕਿ ਦੇਖੋ ਨਾ ਆਹ ਕਲਾਸ ਆਹ ਕਲਾਸ ਇਹ ਆਪਾਂ ਜਿਹੜਾ ਓਵਰਲੈਪ ਕਰ ਰਹੇ ਹਾਂ। ਹੁਣ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਆਹ ਜਿਹੜਾ ਡੂ ਨਾਟ ਹਾਇਰ ਹੈਗਾ ਇਹ ਇਹਦੇ ਵਿੱਚ ਇਹਦੇ ਇੱਧਰ ਆਉਣਾ, ਅਗਰ ਆਪਾਂ ਸਪੋਜ਼ 16 ਇਨਪੁੱਟ ਆਉਂਦੀ ਨਾ, ਆਹ ਵੀ ਟਰੂ ਹੋ ਜਾਏਗਾ ਅਤੇ ਆਹ ਵੀ ਟਰੂ ਹੋ ਜਾਏਗਾ। ਜਦੋਂ ਬਾਉਂਡਰੀ ਵੈਲਿਊ ਐਨਾਲਿਸਿਸ ਕਰਾਂਗੇ ਉਦੋਂ ਇੱਦਾਂ ਦੀਆਂ ਜਿਹੜੀਆਂ ਐਰਰਸ ਆ, ਇੱਦਾਂ ਦੇ ਜਿਹੜੇ ਐਂਬੀਗਿਊਟੀਜ਼ ਆ ਕਲਾਇੰਟ ਤਰਫੋਂ ਉਹ ਕਲੀਅਰ ਹੋ ਜਾਂਦੇ ਆ। ਅਤੇ ਇਹਨੂੰ ਦੇਖਾਂਗੇ, ਟੈਸਟ ਕਰਾਂਗੇ, ਅਤੇ ਫਿਰ ਆਪਾਂ ਕਲਾਇੰਟ ਨੂੰ ਕਹਾਂਗੇ ਕਿ ਸਾਨੂੰ ਦੱਸੋ ਕਿ 16 ਆ ਇਹ ਇੱਧਰ ਆਉਣਾ ਜਾਂ ਇੱਧਰ ਆਉਣਾ। ਫਿਰ ਕਲਾਇੰਟ ਕੋਲ ਆਪਾਂ ਨੂੰ ਇਸ ਤਰ੍ਹਾਂ ਦੀ ਆਪਸ਼ਨ ਦਿੰਦਾ ਕਿ ਦੇਖੋ ਆਹ 15 ਤੱਕ ਹੈਗਾ, ਆਹ 16-17 ਤੱਕ, ਆਹ ਇਸ ਤਰ੍ਹਾਂ, ਤਾਂ ਕਿ ਕੋਈ ਬਾਉਂਡਰੀ ਓਵਰਲੈਪ ਨਾ ਕਰੇ। ਹੁਣ ਸਪੋਜ਼ ਅਗਰ ਇਹਦੀ ਆਪਾਂ ਟੈਸਟਿੰਗ ਕਰਨੀ ਆ ਇਸ ਤਰ੍ਹਾਂ ਦੀ ਸਿਨੈਰੀਓ ਦੀ, ਤਾਂ ਕਿੱਦਾਂ ਕਰਾਂਗੇ? ਇੱਕ ਤਾਂ ਪਹਿਲੇ ਆਪਾਂ ਕੀਤਾ ਸੀਗਾ ਇਹਦਾ ਡੋਮੇਨ ਐਨਾਲਿਸਿਸ, ਆਪਣੇ ਇਕੁਇਵਲੈਂਸ ਕਲਾਸ ਪਾਰਟੀਸ਼ਨ, ਉਹਦੇ ਹਿਸਾਬ ਨਾਲ ਆਹ ਟੈਸਟ ਕੇਸਿਸ ਬਣਦੇ ਆ ਕਿ ਸਪੋਜ਼ ਨਾ ਆਹ ਹੈਗਾ ਨਾ ਆਪਣੇ ਕੋਲ 0 to 16, ਇੱਕ ਕਲਾਸ, ਦੂਜੀ ਕਲਾਸ, ਤੀਜੀ ਕਲਾਸ, ਚੌਥੀ ਕਲਾਸ। ਇਸ ਵੀ ਹਿਸਾਬ ਨਾਲ ਕਿਹੜੇ ਟੈਸਟ ਕੇਸਿਸ ਬਣੇ, ਬਾਉਂਡਰੀ ਥੱਲੇ ਕਲਾਸ ਇਸ ਰੇਂਜ ਤੋਂ ਥੱਲੇ, ਰੇਂਜ ਥੱਲੇ ਕੀ ਹੋ ਗਿਆ 1 ਹੋ ਗਿਆ, ਰੇਂਜ ਦੇ ਵਿਦਨ 2 ਹੋ ਗਿਆ, ਅਤੇ ਸਪੋਜ਼ ਹਾਂ ਪਹਿਲਾਂ ਹੈਗਾ ਆਪਣੇ ਆਈ ਡੀ ਆ, ਆ ਇਨਪੁੱਟ ਹੈਗੀ ਆ। ਅੱਛਾ ਰੇਂਜ ਦੇ ਥੱਲੇ ਹੋ ਗਿਆ, ਰੇਂਜ ਤੋਂ ਰੇਂਜ ਹੈ 16 to 16, ਰੇਂਜ ਤੋਂ ਘੱਟ ਕੀ ਹੋ ਗਿਆ -15, ਠੀਕ ਹੈ ਇਹ ਹੋ ਗਿਆ। ਵਿਦਨ ਰੇਂਜ ਕਿੰਨਾ ਹੋ ਗਿਆ 10, ਰੇਂਜ ਅਬਵ ਕਿੰਨਾ ਹੋ ਗਿਆ, ਚਲੋ ਆਪਾਂ 17 ਕਰ ਲਿਆ। ਆਹ ਪਹਿਲੀ ਕਲਾਸ ਟੈਸਟ ਹੋ ਗਈ। ਹੁਣ ਅਗਲੀ ਕਲਾਸ ਹੈ ਇਹ ਰੇਂਜ ਤੋਂ ਲੈਸ ਕਿੰਨਾ ਹੋਏਗਾ, 16 ਤੋਂ ਘੱਟ, ਉਹ ਪਹਿਲੇ ਟੈਸਟ ਹੋ ਚੁੱਕਿਆ, ਦੁਬਾਰਾ ਨਹੀਂ ਲਿਖਾਂਗੇ। ਵਿਦਨ ਰੇਂਜ ਉਹ ਵੀ ਪਹਿਲੇ ਆ ਜਾਊਗਾ, ਦੁਬਾਰਾ ਨਹੀਂ ਲਿਖਾਂਗੇ। ਅਬਵ ਰੇਂਜ ਉਹ ਆਪਾਂ ਲਿਖ ਲਿਆ 20। ਹੁਣ ਆਹ ਕਲਾਸ ਹੈ ਇਹਦਾ ਵੀ ਲੈਸ ਦੈਨ ਰੇਂਜ ਆ ਚੁੱਕਿਆ, ਵਿਦਨ ਰੇਂਜ ਵੀ ਆ ਚੁੱਕਿਆ, ਹੁਣ ਅਬਵ ਰੇਂਜ ਕਿੰਨਾ ਹੋਏਗਾ ਉਹ ਆਪਾਂ ਦੇਖਦੇ ਹਾਂ, ਉਹ 60 ਉਹ ਆ ਲਿਖ ਲਿਆ। ਆਖਰੀ ਕਲਾਸ ਹੈ ਇਹਦੇ ਵਿੱਚ ਵੀ ਲੈਸ ਦੈਨ ਰੇਂਜ ਆ ਹਟਿਆ, ਵਿਦਨ ਰੇਂਜ ਵੀ ਆ ਹਟਿਆ 60, ਅਬਵ ਰੇਂਜ ਕਿੰਨਾ ਹੈ ਉਹ ਆਪਾਂ ਆ ਰਿਹਾ। ਆਹ ਇਹ ਟੈਸਟ ਕੇਸ ਇਹਦਾ ਹੋ ਗਿਆ ਈ ਸੀ ਬੀ, ਜਿਹੜਾ ਆਪਾਂ ਲਾਸਟ ਲੈਕਚਰ ਦੇਖਿਆ ਸੀਗਾ। ਹੁਣ ਆਪਾਂ ਦੇਖਣਾ ਹੈਗਾ ਬੀ ਵੀ ਏ, ਬੀ ਵੀ ਜੇ ਆਪਾਂ ਕਰਨਾ ਉਹਦੇ 'ਚ ਆਪਾਂ ਬਾਉਂਡਰੀ ਐਨਾਲਿਸਿਸ ਕਰਨਾ। ਇਹਦੀ ਪਹਿਲੇ ਬਾਉਂਡਰੀ ਡਿਫਾਈਨ ਕਰੋ, ਕਿਹੜੀ ਕਿਹੜੀ ਬਾਉਂਡਰੀ ਹੈਗੀਆਂ। ਇਹਦੀ ਬਾਉਂਡਰੀ ਹੈ ਜਨਾਬ ਆਹ ਬਾਉਂਡਰੀ ਆ, ਆਹ ਬਾਉਂਡਰੀ ਆ 16, 18, ਆਹ ਬਾਉਂਡਰੀ ਹੈਗੀਆਂ। ਹੁਣ ਪਹਿਲੀ ਬਾਉਂਡਰੀ ਦੇ ਟੈਸਟ ਕੇਸਿਸ, ਬਾਉਂਡਰੀ -1 ਆਹ ਹੋ ਗਿਆ, ਬਾਉਂਡਰੀ 0, ਬਾਉਂਡਰੀ +1 ਆਹ ਹੋ ਗਿਆ। ਅਗਲੀ ਬਾਉਂਡਰੀ ਦੇ ਟੈਸਟ ਕੇਸਿਸ, ਬਾਉਂਡਰੀ -1 ਕਿੰਨਾ ਹੋ ਗਿਆ, 16 -1 15 ਹੋ ਗਿਆ, ਐਟ ਬਾਉਂਡਰੀ 16, ਬਾਉਂਡਰੀ +1 17, ਆਹ ਟੈਸਟ ਕੇਸਿਸ ਹੋ ਗਏ। ਹੁਣ ਇੱਥੇ ਆ ਉਹੀ ਬਾਉਂਡਰੀ ਉੱਤੇ ਸੀਗੀ, ਉਹਦੇ ਬਾਰੇ ਰਿਪੀਟ ਨਹੀਂ ਕਰਾਂਗੇ। ਆਹ ਬਾਉਂਡਰੀ ਆਈ 18 -1 19 ਹੋ ਗਿਆ, ਆ 17 ਪਹਿਲੇ ਆ ਉੱਟ ਆ ਰਿਹਾ, ਅਤੇ 18 +1 19, ਉਸ ਤੋਂ ਬਾਅਦ ਆ ਰਿਪੀਟ ਹੋ ਰਹੀ ਹੈ 55 ਬਾਉਂਡਰੀ, 55 -1 54,
56 तो टोटल 17 टेस्ट केसेस या 17 टेस्ट केसेस आ गए जिन्हें के आप बनाने हैं यूजिंग ईसीपी एंड बीबीए टेक्निक। एआई टेक्निक के आप बॉडी वेट एनालिसिस किस तरह करते हैं तो बाकी सपोज इतना का कोई अगर सिनेरियो है ਉਹਨੂੰ ਤੁਸੀਂ ਕਰਕੇ ਦੇਖ ਸਕਦੇ ਹੋ ਕਿ ਕਦੇ ਕਿੰਨੇ ਟੈਸਟ ਕੇਸਿਸ ਬਣਦੇ ਆ ਕਿ ਉਹਨੇ ਕਿਹਾ ਕਿ ਅਗਰ 3% ਰੇਟ ਆਫ ਇੰਟਰਸਟ ਹੈਗਾ ਇਫ ਦਾ ਗਿਵਨ ਅਕਾਊਂਟ ਇਜ਼ ਇਨ ਦਾ ਰੇਂਜ ਆਫ 0 ਤੋਂ ਲੈ ਕੇ ਅਗਰ 100 ਤੱਕ ਹੈਗਾ ਆਪਣੇ ਬੈਲੈਂਸ 'ਤੇ 3% ਬਣੇਗਾ ਇੰਟਰਸਟ ਅਤੇ 100 ਤੋਂ 1000 ਅਗਰ ਹੈਗਾ 5% ਹੋਏਗਾ ਅਗਰ 1000 ਤੋਂ ਉੱਤੇ ਆ 7% ਇੱਥੇ ਅਗਰ ਦੇਖੋ ਤੁਸੀਂ ਕਰਨਾ ਹੋਵੇ ਬਾਉਂਡਰੀ ਬੈਲੈਂਸਿਸ ਇੱਕ ਆਹ ਬਾਉਂਡਰੀ ਆ ਇੱਕ ਆਹ ਬਾਉਂਡਰੀ ਆ ਆਹ ਬਾਉਂਡਰੀ ਰਿਪੀਟ ਹੋ ਰਹੀ ਹੈ ਅਤੇ ਇੱਕ ਆਹ ਬਾਉਂਡਰੀ ਆ ਇਹਨਾਂ 'ਤੇ ਆਪਾਂ ਕਰ ਸਕਦੇ ਹਾਂ ਉਹਦੀ ਅੱਗੇ ਆਂਸਰ ਦਿੱਤਾ ਹੋਇਆ ਕਿ ਜੀਰੋ ਆਹ ਬਾਉਂਡਰੀ ਆਹ ਤਾਂ ਖੈਰ ਪਹਿਲੇ ਏ ਸੀ ਪੀ ਵਾਲਾ ਐਨਾਲਿਸਿਸ ਹੋਏਗਾ ਆਹ ਹੈਗਾ ਬਾਉਂਡਰੀ ਪਹਿਲੀ 0 0 ਮਾਈਨਸ 1 0 ਪਲੱਸ 1 ਆਹ ਤਿੰਨ ਟੈਸਟ ਕੇਸ ਹੋ ਗਏ ਪਹਿਲੀ ਬਾਉਂਡਰੀ 'ਤੇ ਦੂਜੀ ਬਾਉਂਡਰੀ 100 'ਤੇ ਟੈਸਟ ਕੇਸਿਸ ਆਹ ਹੋ ਗਏ ਤੀਜੀ ਬਾਉਂਡਰੀ ਹੈਗੀ ਹੈ 1000 ਉਹਦੇ ਟੈਸਟ ਕੇਸਿਸ ਆਹ ਹੋ ਗਏ ਲਓ ਜੀ ਉਸ ਹਿਸਾਬ ਨਾਲ ਆਪਣੇ ਕਹਿ ਲਓ ਕਿ ਆਡਾ ਹੈਗਾ ਟੈਸਟ ਕੇਸਿਸ ਵਾਲਾ ਟੇਬਲ ਫਿਲ ਕੀਤਾ ਹੋਇਆ ਇਹ ਹੈ ਜਨਾਬ ਬਾਉਂਡਰੀ ਵੈਲਿਊ ਐਨਾਲਿਸਿਸ।